ਕੌਣਾ ਬੰਦਾ ਦੱਸ ਦੇ ਤੂੰ ਦੱਸੂਗਾ ਨਹੀਂ ਤੂੰ ਦੱਸ ਨਾ ਲੈ ਰਿਹਾ ਯਾਰ ਸੁਣਨਾ ਕਾਮਯਾਬ ਹੋ ਗਿਆ ਤੇਰਾ ਉਹ ਅੰਦਰ ਜਾਏਗਾ ਹੁਣ 6 ਮਹੀਨੇ ਵਾਸਤੇ ਸਾਲ ਵਾਸਤੇ ਮੈਂ ਤਾਂ ਹੁਣ ਜੇ ਮੇਰਾ ਗਲਤੀ ਹੋਊਗੀ ਫਿਰ ਤਾਂ ਹੀ ਆ ਮੇਰੀ ਗੁੜੀਆ ਦੇ ਆ ਮੇਰੀ ਗਲਤੀ ਮੰਨੀ ਯਾਰ ਮੇਰੀ ਗਲਤੀ ਮੰਨੀ ਯਾਰ लुधियाना दे दीपनगर इलाके दे लोकां ने चोरी दी वारदात करन वाले नौजवान समेत एक पुलिस अधिकारी नूं फड़ के चोर दा खूब कुटापा कीता जिस तो बाद मौके ते पहुंची पुलिस फड़े गए दोवें नौजवानां नूं पुछगिछ लई थाणे लै गई। मामले दी वधेरे जानकारी दिंदे होए पुलिस अधिकारी ने की कहा आओ सुणदे हां। मामला ਐਵੇਂ ਸੀਗਾ ਅਸੀਂ ਚੌਕੀ ਸੀਗੇ ਉਸ ਟਾਈਮ ਪੈਟਰੋਲਿੰਗ ਤੇ ਸੀਗੇ ਬਾਹਰ ਘੁੰਮ ਰਹੇ ਸੀਗੇ ਸਾਨੂੰ ਫੋਨ ਮਸੂਲ ਹੋਇਆ ਕਿ ਉੱਥੇ ਕਿਸੇ ਨਿਊ ਦੀਪਨਗਰ ਮੁਹੱਲੇ ਵਿੱਚ ਕਿਸੇ ਨੇ ਚੋਰ ਫੜਿਆ ਹੈ। ਉੱਥੇ ਅਸੀਂ ਜਦੋਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਤਾਂ ਚੋਰ ਉਹਨਾਂ ਨੇ ਫੜਿਆ ਹੋਇਆ ਸੀ ਅਤੇ ਜਦੋਂ ਅਸੀਂ ਚੋਰ ਨੂੰ ਅਤੇ ਉਹਦੇ ਨਾਲ ਇੱਕ ਮੁਲਾਜ਼ਮ ਸੀਗਾ ਮੁਲਾਜ਼ਮ ਉਹਨੂੰ ਪਹਿਲਾਂ ਤਾਂ ਜਾਣਦਾ ਸੀਗਾ ਉਹ ਮੈਂ ਤੁਹਾਨੂੰ ਉਸ ਤੋਂ ਬਾਅਦ 'ਚੋਂ ਆਉਂਦਾ। ਜਦੋਂ ਅਸੀਂ ਉਹਨਾਂ ਦੋਨਾਂ ਨੂੰ ਲੈ ਆਏ ਚੌਂਕੀ ਅਤੇ ਉਦੋਂ ਪੁੱਛਗਿੱਛ ਕੀਤੀ ਅਸੀਂ ਜਿਨ੍ਹਾਂ ਨੇ ਫੜਿਆ ਸੀ ਜਿਨ੍ਹਾਂ ਦੇ ਘਰ 'ਚ ਉਹਨੇ ਚੋਰੀ ਦਾ ਅਟੈਂਪਟ ਕੀਤਾ ਸੀਗਾ ਅਤੇ ਉਹਨਾਂ ਦੀ ਬਾਲੀਆਂ ਸੀਗੀਆਂ ਉਹਨਾਂ ਨੇ ਅਟੈਂਪਟ ਕੀਤਾ ਸੀ ਚੋਰੀ ਨਹੀਂ ਹੋਈ ਸੀਗੀ। ਜਦੋਂ ਉਹਨਾਂ ਨੂੰ ਅਸੀਂ ਬਿਆਨ ਲਿਖਾਉਣ ਨੂੰ ਕਿਹਾ ਵੀ ਅਸੀਂ ਮੁਕੱਦਮਾ ਦਰਜ ਕਰਨਾ ਉਹ ਮੁਕੱਦਮਾ ਦਰਜ ਕਹਿੰਦੇ ਅਸੀਂ ਨਹੀਂ ਕਰਾਉਣਾ ਉਹਨਾਂ ਨੇ ਆਪਣਾ ਕੋਈ ਵੀ ਬਿਆਨ ਨਹੀਂ ਲਿਖਾਇਆ। ਤਾਂ ਫਿਰ ਵੀ ਅਸੀਂ ਪਰ ਉਹ ਬੰਦੇ 'ਤੇ ਸਾਨੂੰ ਸ਼ੱਕ ਸੀਗਾ ਅਸੀਂ ਉਹਦਾ ਸ਼ੱਕ ਦੀ ਨਾਲ ਪੁੱਛਗਿੱਛ ਕੀਤੀ ਤਾਂ ਉਹਨੇ ਦੱਸਿਆ ਕਿ ਇੱਕ ਉਹਨੇ ਪਹਿਲਾਂ 20 ਤਰੀਕ ਨੂੰ ਜਿਹੜੀ ਸਾਡੇ ਕੋਲ ਡਿਵੀਜ਼ਨ ਨੰਬਰ 8 ਵਿੱਚ FIR ਨੰਬਰ 290 ਡੇਟਡ 28/20 'ਚ 379 IPC 'ਚ ਪਹਿਲਾਂ ਦਰਜ ਸੀਗੀ ਉਹਦੇ ਵਿੱਚ ਉਹਨੇ ਐਕਟਿਵਾ ਚੋਰੀ ਕੀਤੀ ਸੀ। ਜਦੋਂ ਉਹਨੇ ਦੱਸਿਆ ਤਾਂ ਅਸੀਂ ਉਸ ਉੱਥੇ ASI ਤਰਸੇਮ ਸਿੰਘ ਜਿਨ੍ਹਾਂ ਕੋਲ ਮੁਕੱਦਮਾ ਦਰਜ ਸੀ ਉਹਨਾਂ ਨੇ ਉਹਦੇ ਵਿੱਚ ਅਰੈਸਟ ਪਾ ਲਈ ਉਹਦੀ ਅਤੇ ਗੱਲ ਸੀ ਮੁਲਾਜ਼ਮ ਦੀ। ਮੁਲਾਜ਼ਮ ਇਹਨੂੰ ਇਹ ਜਿਹੜਾ ਚੋਰ ਸੀ ਇਹਨੂੰ ਪਹਿਲਾਂ ਤਾਂ ਜਾਣਦਾ ਸੀਗਾ ਯਾਰੀ ਦੋਸਤੀ ਸੀਗੀ। ਜਦੋਂ ਇਹ ਚੋਰੀ ਕਰਕੇ ਕਿਤੇ ਉੱਧਰ ਨਿਕਲ ਗਿਆ ਦੁਬਾਰਾ ਉਹ ਏਰੀਏ 'ਚ ਆਇਆ ਤਾਂ ਉਹਨੇ ਉਹ ਤੋਂ ਲਿਫਟ ਮੰਗ ਲਈ ਮੁਲਾਜ਼ਮ ਤੋਂ। ਮੁਲਾਜ਼ਮ ਜਿਹੜਾ ਇਸ ਟਾਈਮ ਪੁਲਿਸ ਲਾਈਨ 'ਚ ਤੈਨਾਤ ਆ ਉਹ ਛੁੱਟੀ 'ਤੇ ਸੀਗਾ ਅਤੇ ਉਹਨੇ ਲਿਫਟ ਲੈ ਲਈ ਉਹ ਫਿਰ ਉਹਨਾਂ ਨੇ ਮੁਹੱਲਾ ਵਾਸੀਆਂ ਨੂੰ ਉਹਨੂੰ ਫੜ ਲਿਆ ਤਾਂ ਲੱਗਿਆ ਕਿਤੇ ਮੁਲਾਜ਼ਮ ਵੀ ਉਹਦੇ ਨਾਲ ਸੀ ਪਰ ਮੁਲਾਜ਼ਮ ਨੇ ਕੋਈ ਚੋਰੀ ਨਹੀਂ ਕੀਤੀ ਜੀ ਅਤੇ ਉਸ 'ਤੇ ਤਾਂ ਮੁਕੱਦਮਾ ਜਿਹੜਾ 290 ਸੀਗਾ ਉਹਦੇ ਵਿੱਚ ਅਰੈਸਟ ਪਾਈ ਆ ਉਹਦੀ ਅਤੇ ਜਿਹੜਾ ਮੁਲਾਜ਼ਮ ਸੀਗਾ ਮੁਲਾਜ਼ਮ ਦਾ ਸੀਨੀਅਰ ਅਫਸਰਾਂ ਨੂੰ ਜਾਣੂ ਕਰਾ ਦਿੱਤਾ ਗਿਆ। ਬਰਾਮਦ ਉਹਦੇ ਕੋਲ ਐਕਟਿਵਾ ਸੀਗੀ ਜੋ ਐਕਟਿਵਾ ਨੇ ਬਰਾਮਦ ਕਰਤੀ ਹੋਊਗੀ ਅਤੇ ਡਿਵੀਜ਼ਨ ਨੰਬਰ 8 'ਚ ਚੱਲ ਰਿਹਾ ਸੀ। ਡਿਊਟੀ ਕਰਦਾ ਪਿਆ ਵੀਰੇ ਮੈਂ ਚਲਾਣੀ ਡਿਊਟੀ ਲੱਗਦੀ ਹੈ ਮੈਂ ਤਾਂ ਉੱਧਰੋਂ ਆਉਂਦਾ ਪਿਆ ਸੀ ਪਿੰਡੋਂ ਆਉਂਦਾ ਪਿਆ ਸੀ ਮੈਂ ਪਿੰਡੋਂ ਆਉਂਦੇ ਕਰਕੇ ਮੈਨੂੰ ਇਹ ਮੈਂ ਅੱਗੇ ਵੀ ਦੇਖਿਆ ਦੁਖਿਆ ਕਈ ਵਾਰ ਮੈਂ ਆਉਂਦੇ ਕਰਕੇ ਮੈਂ ਇਹਨੂੰ ਬਿਠਾ ਰਿਹਾ ਆਹ ਕੰਮ ਹੋਇਆ ਹਨਾ ਮੈਂ ਫੋਨ 'ਤੇ ਗੱਲ ਕਰਦਾ ਤਾਂ ਕਰਕੇ ਮੈਂ ਇਹਨੂੰ ਬਿਠਾ ਲਿਆ ਆਹ ਚੱਕਰ ਹੋ ਗਿਆ ਯਾਰ ਮੇਰੇ ਤਾਂ ਦਿਮਾਗ 'ਚ ਵੀ ਨਹੀਂ ਗੱਲ ਮੇਰੇ ਨਾਲ ਬੱਤੀ ਪਊ ਆਹ ਚੱਕਰ ਪਿਆ ਵਾ ਉਹ ਯਾਰ ਮੇਰੇ ਮੈਨੂੰ ਸਹੁੰ ਲੱਗੇ ਰੱਬ ਦੀ ਉਹ ਯਾਰ ਆਪਾਂ ਨੂੰ ਵੀ ਪਤਾ ਹੁੰਦਾ ਵੀ ਆਹ ਕਾਨੂੰਨ ਨਹੀਂ ਬਣਾਉਂਦੇ ਭਾਜੀ ਉਹਦਾ ਨਾਮ ਦੇ ਰਿਹਾ ਉਹ ਉਹਦਾ ਨਾਮ ਦੇ ਰਿਹਾ ਉਹਦੇ ਕੋਲੇ ਉਹ ਕੌਣ ਆ ਬੰਦਾ ਜੋ ਦੱਸ ਦੇ ਤੂੰ ਦੱਸੂਗਾ ਨਹੀਂ ਤੂੰ ਦੱਸ ਤੇਰੇ ਨਾਲ ਲੈ ਰਿਹਾ ਯਾਰ ਉਹ ਹੋ ਗਿਆ ਤੇਰਾ ਅੰਦਰ ਜਾਏਗਾ ਹੁਣ 6 ਮਹੀਨੇ ਵਾਸਤੇ ਸਾਲ ਵਾਸਤੇ ਮੈਂ ਤਾਂ ਹੁਣ ਜੇ ਮੇਰਾ ਗਲਤੀ ਹੋਊਗੀ ਫਿਰ ਤਾਂ ਹੀ ਆ ਮੇਰੀ ਗੁੜੀਆ ਦੇ ਆਏਗਾ ਤੂੰ ਓਏ 2 ਮਿੰਟ ਵੀਰੇ ਬਹਿ ਕੇ ਗੱਲਾਂ ਮਾਰ ਓ ਯਾਰ ਵੀਰੇ ਮੈਂ ਉਹੀ ਗੱਲਾਂ ਬਤਾ ਚਲਾ ਵੀ ਰਿਹਾ ਸੀ ਚਲਾ ਵੀ ਹੋਇਆ ਸੀ ਯਾਰ ਗੱਲ ਹੋਈ ਤਾਂ ਮੈਂ ਕਿਹੜਾ ਮੁੱਕਰਦਾ ਯਾਰ ਹਾਂ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ फिर रिलीफ मिले ढाई 3 महीने इस्तेमाल करने तो बाद गोडे भी ओके मोडे भी ओके जी। तुसी भी किसी इस तरह की बीमारी तो परेशान हो तो बेझिझक होकर इसनू इस्तेमाल करो सिर्फ ढाई 3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी मेरे बाल झड़ने शुरू हो गए सी मैनू मेरे दोस्त ने ऑयल फी रिलीफ वाले दस्या मैं ये तेल 3 महीने लाना अपने सिर पर अप्लाई किया ये बिल्कुल आयुर्वैदिक तेल है इसका कोई साइड इफेक्ट नहीं है तो मेरे बाल जड़े गंजपन पैना शुरू हो गया से वो दोबारा आने लग गए तो मैनू तो बड़ा फायदा दिता इसने जो तू भी किसी इस तरह की प्रॉब्लम का तुम सामना कर रहे हो तो ये तेल लाना ना भूलो। कितना कितनी असी अपने बालों करके शर्म फील करते हैं कि सोसाइटी बैठे हैं कि कोई मजाक ना कर रहा है। पर थैंक्स टू फ्री लीव जिन्हें मेरा एक कॉन्फिडेंस बिल्ड किया, जिन्हें लगान नाल मैं मार्केट बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी तो वो भी मैं बड़ा रिलीफ मिले। ये यूज़ करो तो मैं प्रैक्टिकल यूज़ कर रहा।